Amazon versus Reliance, ਯਾਨੀ ਕਿ ਜੈਫ ਬੇਜੋਸ ਵਰਸਿਸ ਮੁਕੇਸ਼ ਅੰਬਾਨੀ। ਦੁਨੀਆ ਦੇ ਦੋ ਵੱਡੇ ਅਮੀਰ ਆਦਮੀ ਅਦਾਲਤ ਦੇ ਵਿੱਚ ਆਹਮੋ ਸਾਹਮਣੇ ਕਿਉਂ ਨੇ, ਆਓ ਜਾਣਦੇ ਹਾਂ। ਅਮਰੀਕਾ ਦੀ ਈ ਕਾਮਰਸ ਕੰਪਨੀ ਐਮਾਜ਼ਨ ਨੂੰ ਸੁਪਰੀਮ ਕੋਰਟ ਵੱਲੋਂ ਵੱਡੀ ਜਿੱਤ ਮਿਲੀ ਹੈ। ਅਦਾਲਤ ਨੇ ਰਿਲਾਇੰਸ ਅਤੇ ਫਿਊਚਰ ਗਰੁੱਪ ਵਿਚਾਲੇ ਡੀਲ ਤੇ ਰੋਕ ਲਗਾਉਂਦਿਆਂ ਕਿਹਾ ਕਿ ਰਿਲਾਇੰਸ 240 ਕਰੋੜ ਅਮਰੀਕੀ ਡਾਲਰ ਦੀ ਡੀਲ ਵਿੱਚ ਅੱਗੇ ਨਹੀਂ ਜਾ ਸਕਦੀ। ਅਦਾਲਤ ਨੇ ਕਿਹਾ ਕਿ ਫਿਊਚਰ ਰਿਟੇਲ ਦੀ ਵਿਕਰੀ ਨੂੰ ਰੋਕਣ ਲਈ ਸਿੰਗਾਪੁਰ ਦੀ ਅਥਾਰਟੀ ਰਾਹੀਂ ਸੁਣਾਏ ਫੈਸਲੇ ਨੂੰ ਲਾਗੂ ਕੀਤਾ ਜਾ ਸਕਦਾ ਹੈ। ਆਓ ਹੁਣ ਜਾਣਦੇ ਹਾਂ ਇਹ ਪੂਰਾ ਮਾਮਲਾ ਕੀ ਹੈ। ਇੱਕ ਭਾਰਤੀ ਰਿਟੇਲ ਕੰਪਨੀ ਨੂੰ ਲੈ ਕੇ ਸ਼ੁਰੂ ਹੋਏ ਝਗੜੇ ਨੇ ਦੁਨੀਆ ਦੀ ਸਭ ਤੋਂ ਵੱਡੇ ਈ ਕਾਮਰਸ ਕਾਰੋਬਾਰ ਨਾਲ ਜੁੜੀ ਐਮਾਜ਼ਨ ਨੂੰ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਦੇ ਵਿਰੁੱਧ ਖੜਾ ਕਰ ਦਿੱਤਾ ਹੈ। ਦੋਵੇਂ ਹੀ ਕੰਪਨੀਆਂ ਮੁਸ਼ਕਲਾਂ ਦੇ ਘੇਰੇ 'ਚ ਨੇ, ਕਿਉਂਕਿ ਉਹਨਾਂ ਦੋਵਾਂ ਨੇ ਇੱਕ ਹੀ ਭਾਰਤੀ ਰਿਟੇਲਰ ਫਿਊਚਰ ਗਰੁੱਪ ਦੇ ਨਾਲ ਵੱਖੋ ਵੱਖਰੇ ਸੌਦੇ ਕੀਤੇ ਨੇ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕਾਨੂੰਨੀ ਲੜਾਈ ਜਿਸ 'ਚ ਇੱਕ ਅਮਰੀਕੀ ਦਿੱਗਜ ਇੱਕ ਸਥਾਨਕ ਨਾਇਕ ਦੇ ਖਿਲਾਫ ਘਰੇਲੂ ਖੇਤਰ ਦੇ ਲਾਭ ਦੇ ਨਾਲ ਸਾਹਮਣਾ ਕਰ ਰਿਹਾ ਹੈ, ਇਸ ਸਥਿਤੀ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ 'ਚ ਈ ਕਾਮਰਸ ਦੇ ਵਿਕਾਸ ਨੂੰ ਇੱਕ ਨਵਾਂ ਮੋੜ ਦੇ ਸਕਦੀ ਹੈ। ਸਲਾਹਕਾਰ ਫੋਰੈਸਟਰ ਦੇ ਇੱਕ ਸੀਨੀਅਰ ਵਿਸ਼ਲੇਸ਼ਕ ਸਤੀਸ਼ ਮੀਨਾ ਨੇ BBC ਨੂੰ ਦੱਸਿਆ, ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵਿਸ਼ਾਲ ਹੈ। ਐਮਾਜ਼ਨ ਨੇ ਕਦੇ ਵੀ ਆਪਣੇ ਕਿਸੇ ਵੀ ਮਾਰਕੀਟ 'ਚ ਅਜਿਹੇ ਵਿਰੋਧੀ ਦਾ ਸਾਹਮਣਾ ਨਹੀਂ ਕੀਤਾ ਹੋਵੇਗਾ। ਐਮਾਜ਼ਨ ਨੇ ਆਪਣੇ ਸੰਸਥਾਪਕ ਜੈਫ ਬੇਜੋਸ ਨੂੰ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਬਣਾਇਆ ਹੈ, ਹਾਲਾਂਕਿ ਉਹ ਹੁਣ ਇਸ ਅਹੁਦੇ 'ਤੇ ਕਾਇਮ ਨਹੀਂ ਹਨ। ਇਸ ਦੇ ਨਾਲ ਹੀ ਇਸ ਕੰਪਨੀ ਨੇ ਵਿਸ਼ਵ ਪੱਧਰ 'ਤੇ ਰਿਟੇਲ ਨੂੰ ਬਦਲ ਦਿੱਤਾ ਹੈ। ਪਰ ਰਿਲਾਇੰਸ ਦੇ ਮੁੱਖ ਕਾਰਜਕਾਰੀ ਮੁਕੇਸ਼ ਅੰਬਾਨੀ, ਜੋ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਨੇ, ਉਹਨਾਂ ਦਾ ਇਤਿਹਾਸ ਵੀ ਇੱਕ ਲੱਤ ਅੜਾਉਣ ਵਾਲੇ ਜਾਂ ਫਿਰ ਵਿਘਨ ਪਾਉਣ ਵਾਲਾ ਰਿਹਾ। ਉਦਯੋਗਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਰਿਲਾਇੰਸ ਦੀਆਂ ਪਰਚੂਨ ਯੋਜਨਾਵਾਂ ਐਮਾਜ਼ਨ ਅਤੇ ਵਾਲਮਾਰਟ ਦੀ ਮਲਕੀਅਤ ਵਾਲੀ ਫਲਿੱਪਕਾਰਟ ਲਈ ਵੀ ਚੁਣੌਤੀ ਖੜੀਆਂ ਕਰਨਗੀਆਂ। ਐਮਾਜ਼ਨ ਭਾਰਤ 'ਚ ਆਪਣੀ ਮੌਜੂਦਗੀ ਦਾ ਵਿਸਥਾਰ ਬਹੁਤ ਹੀ ਤੇਜ਼ੀ ਨਾਲ ਕਰ ਰਿਹਾ, ਜਿੱਥੇ ਉਹ ਵੱਧ ਰਹੇ ਈ ਕਾਮਰਸ ਬਾਜ਼ਾਰ ਨੂੰ ਹਾਸਲ ਕਰਨ ਦੀ ਕੋਸ਼ਿਸ਼ 'ਚ ਹੈ। ਦੂਜੇ ਪਾਸੇ ਰਿਲਾਇੰਸ ਵੀ ਆਪਣੇ ਈ ਕਾਮਰਸ ਅਤੇ ਕਰਿਆਨੇ ਯਾਨੀ ਕਿ ਗਰੋਸਰੀ ਦੇ ਕਾਰੋਬਾਰ ਦਾ ਵਿਸਥਾਰ ਕਰਨ ਦੀ ਯੋਜਨਾ ਦੇ ਵਿੱਚ ਰੁੱਝਿਆ ਹੋਇਆ ਹੈ। ਐਮਾਜ਼ਨ ਅਤੇ ਰਿਲਾਇੰਸ ਦਰਮਿਆਨ ਜਿਸ ਗਰੁੱਪ ਨੂੰ ਲੈ ਕੇ ਮਾਮਲਾ ਖੜਾ ਹੋਇਆ, ਉਹ ਮਾਮਲਾ ਕੀ ਹੈ, ਆਓ ਜਾਣਦੇ ਹਾਂ। ਫਿਊਚਰ ਗਰੁੱਪ ਨੇ ਹਾਲ ਹੀ 'ਚ ਇਸ ਸਾਲ ਦੇ ਸ਼ੁਰੂ 'ਚ ਰਿਲਾਇੰਸ ਇੰਡਸਟਰੀਜ਼ ਨੂੰ$3.4 billion ਯਾਨੀ ਕਿ $340 crore ਅਮਰੀਕੀ ਡਾਲਰ ਦੀ ਪ੍ਰਚੂਨ ਸੰਪਤੀ ਵੇਚਣ ਦਾ ਇਕਰਾਰਨਾਮਾ ਕੀਤਾ ਸੀ। ਸਾਲ 2019 ਤੋਂ ਐਮਾਜ਼ਨ ਕੋਲ ਫਿਊਚਰ ਕੂਪਨਸ 'ਚ 49% ਦੀ ਹਿੱਸੇਦਾਰੀ ਸੀ, ਜੋ ਕਿ ਉਸਨੂੰ ਫਿਊਚਰ ਰਿਟੇਲ 'ਚ ਅਪਰਤੱਖ ਮਾਲਕੀ ਦੀ ਹਿੱਸੇਦਾਰੀ ਪ੍ਰਦਾਨ ਕਰਦੀ ਹੈ। ਐਮਾਜ਼ਨ ਦਾ ਤਰਕ ਹੈ ਕਿ ਉਸ ਖਰੀਦ ਦੇ ਇਕਰਾਰ ਤਹਿਤ ਫਿਊਚਰ ਗਰੁੱਪ ਨੂੰ ਰਿਲਾਇੰਸ ਸਣੇ ਭਾਰਤੀ ਕੰਪਨੀਆਂ ਦੇ ਇੱਕ ਚੋਣਵੇਂ ਸਮੂਹ ਨੂੰ ਵੇਚਣ ਤੋਂ ਰੋਕਿਆ ਗਿਆ ਸੀ। ਫਿਊਚਰ ਰਿਟੇਲ, ਜੋ ਮੁੱਖ ਤੌਰ 'ਤੇ ਇੱਟਾਂ ਅਤੇ ਮੋਰਟਾਰ ਦਾ ਕਾਰੋਬਾਰ ਕਰਦਾ ਹੈ, ਪੂਰੀ ਤਰ੍ਹਾਂ ਨਾਲ ਮਹਾਮਾਰੀ ਦੀ ਮਾਰ ਹੇਠਾਂ ਆ ਗਿਆ ਅਤੇ ਉਸ ਵੱਲੋਂ ਇਹ ਤਰਕ ਪੇਸ਼ ਕੀਤਾ ਗਿਆ ਕਿ ਕੰਪਨੀ ਨੂੰ ਬਚਾਉਣ ਲਈ ਰਿਲਾਇੰਸ ਨਾਲ ਸੌਦਾ ਕਰਨਾ ਹੀ ਸਮੇਂ ਦੀ ਅਸਲ ਮੰਗ ਹੈ। ਅਦਾਲਤ 'ਚ ਸਭ ਤੋਂ ਹਾਲੀਆ ਸੁਣਵਾਈ ਫਿਊਚਰ ਗਰੁੱਪ ਦੇ ਹੱਕ 'ਚ ਸੀ। ਪਿਛਲੇ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਨੇ ਇੱਕ ਹਫ਼ਤੇ ਪਹਿਲਾਂ ਦੇ ਇੱਕ ਫੈਸਲੇ ਨੂੰ ਉਲਟਾ ਦਿੱਤਾ, ਜਿਸ ਨੇ ਇਸ ਵਿਕਰੀ 'ਤੇ ਰੋਕ ਲਗਾ ਦਿੱਤੀ ਸੀ। ਹੁਣ ਜਾਣਦੇ ਹਾਂ ਕਿ ਦਾਅ 'ਤੇ ਕੀ ਲੱਗਾ। ਜੇ ਰਿਲਾਇੰਸ ਦੀ ਖਰੀਦ ਨੂੰ ਅੱਗੇ ਵਧਣ ਦਿੱਤਾ ਜਾਂਦਾ ਹੈ ਤਾਂ ਕੰਪਨੀ ਭਾਰਤ ਦੇ 420 ਤੋਂ ਵੱਧ ਸ਼ਹਿਰਾਂ ਦੇ ਵਿੱਚ 1800 ਤੋਂ ਵੱਧ ਸਟੋਰਸ ਦੇ ਨਾਲ ਨਾਲ ਫਿਊਚਰ ਗਰੁੱਪਸ ਥੋਕ ਕਾਰੋਬਾਰ ਅਤੇ ਲੌਜਿਸਟਿਕਸ ਬਾਜ਼ਾਰ ਤੱਕ ਵੀ ਆਪਣੀ ਪਹੁੰਚ ਬਣਾਵੇਗੀ। ਸਤੀਸ਼ ਮੀਨਾ ਦਾ ਕਹਿਣਾ ਹੈ ਕਿ ਰਿਲਾਇੰਸ ਇੱਕ ਅਜਿਹਾ ਖਿਡਾਰੀ ਹੈ ਜਿਸ ਕੋਲ ਪੈਸਾ ਵੀ ਹੈ ਅਤੇ ਪ੍ਰਭਾਵ ਵੀ, ਅਤੇ ਇਹ ਦੋਵੇਂ ਹੀ ਇਸ ਬਾਜ਼ਾਰ ਲਈ ਲੋੜੀਂਦੇ ਨੇ। ਉਹਨਾਂ ਕੋਲ ਈ ਕਾਮਰਸ ਕਰਨ ਦੀ ਮੁਹਾਰਤ ਨਹੀਂ ਹੈ। ਜੇ ਐਮਾਜ਼ਨ ਸਫਲ ਹੋ ਜਾਂਦਾ ਹੈ ਤਾਂ ਉਹ ਈ ਕਾਮਰਸ 'ਚ ਆਪਣੀ ਕਿਸਮਤ ਅਜ਼ਮਾਉਣ ਵਾਲੇ ਇੱਕ ਪ੍ਰਮੁੱਖ ਪ੍ਰਤੀਯੋਗੀ ਦੀ ਯੋਜਨਾ ਦੀ ਗਤੀ ਨੂੰ ਹੌਲੀ ਕਰਕੇ ਪਹਿਲਾ ਸਥਾਨ ਹਾਸਲ ਕਰ ਸਕਦਾ ਹੈ। BBC ਦੇ ਬਿਜ਼ਨਸ ਕੋਰਸਪੋਂਡੈਂਟ ਨikhil ਇਨਾਮਦਾਰ ਮੁਤਾਬਕ, ਦੁਨੀਆ ਦੇ ਦੋ ਅਮੀਰ ਵਿਅਕਤੀਆਂ ਦਰਮਿਆਨ ਚੱਲ ਰਿਹਾ ਇਹ ਝਗੜਾ ਇਸ ਗੱਲ ਦਾ ਸੰਕੇਤ ਹੈ ਕਿ ਬੇਜੋਸ ਅਤੇ ਅੰਬਾਨੀ ਲਈ ਬਾਜ਼ਾਰ 'ਚ ਦਾਅ ਕਿੰਨਾ ਉੱਚਾ ਹੈ, ਜਿਸ ਨੂੰ ਕਿ ਅਕਸਰ ਹੀ ਆਖਰੀ ਵਿਕਾਸ ਸੀਮਾ ਦੇ ਰੂਪ ਵਜੋਂ ਦਰਸਾਇਆ ਜਾਂਦਾ ਹੈ। ਇਹ ਇਸ ਗੱਲ ਦਾ ਵੀ ਸਬੂਤ ਹੈ ਕਿ ਵਿਦੇਸ਼ੀ ਖਿਡਾਰੀਆਂ ਲਈ ਭਾਰਤ 'ਚ ਕਾਰੋਬਾਰ ਕਰਨਾ ਜਾਂ ਆਪਣੇ ਪੈਰ ਜਮਾਉਣਾ ਕਿੰਨਾ ਮੁਸ਼ਕਲ ਹੋ ਰਿਹਾ ਹੈ। ਐਮਾਜ਼ਨ ਉੱਚ ਪ੍ਰੋਫਾਈਲ ਵਿਦੇਸ਼ੀ ਕੰਪਨੀਆਂ ਦੀ ਸੂਚੀ ਦੇ ਵਿੱਚ ਸਭ ਤੋਂ ਨਵੀਨਤਮ ਹੈ, ਜੋ ਆਪਣੇ ਭਾਰਤੀ ਭਾਗੀਦਾਰਾਂ ਨੂੰ ਵਿਦੇਸ਼ੀ ਸੋਲਸਕਾਰਾਂ
ਦੇ ਐਮਰਜੈਂਸੀ ਆਦੇਸ਼ਾਂ ਦੀ ਪਾਲਣਾ ਅਤੇ ਸਥਾਨਕ ਅਦਾਲਤਾਂ ਦੀ ਕਾਰਵਾਈ ਦਾ ਸਾਹਮਣਾ ਕਰਵਾਉਣ ਦੇ ਅਸਮਰੱਥ ਹੈ। ਏਸ਼ੀਆ ਪੈਸੀਫਿਕ ਫਾਊਂਡੇਸ਼ਨ ਆਫ ਕੈਨੇਡਾ ਦੀ ਇੱਕ ਵਿਸ਼ੇਸ਼ ਫੈਲੋ ਰੂਪਾ ਸੁਬਰਮਨੀਅਮ ਨੇ BBC ਨੂੰ ਦੱਸਿਆ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਵਿਦੇਸ਼ੀ ਨਿਵੇਸ਼ਕ ਇਸ ਸਥਿਤੀ ਅਤੇ ਇਸ ਤਰ੍ਹਾਂ ਦੀਆਂ ਦੂਜੀਆਂ ਘਟਨਾਵਾਂ ਨੂੰ ਨਿਰਾਸ਼ਾ ਨਾਲ ਵੇਖਣਗੇ। ਇਸ ਫੈਸਲੇ ਨਾਲ ਭਾਰਤ ਦੇ ਨਿਵੇਸ਼ ਅਤੇ ਕਾਰੋਬਾਰ ਲਈ ਭਰੋਸੇਯੋਗ ਸਥਾਨ ਹੋਣ 'ਤੇ ਨਕਾਰਾਤਮਕ ਤਸਵੀਰ ਸਾਹਮਣੇ ਆਵੇਗੀ। ਐਮਾਜ਼ਨ ਦੀ ਬਿਨਾਂ ਲੜਾਈ ਦੇ ਹਾਰ ਮੰਨਣ ਦੀ ਸੰਭਾਵਨਾ ਨਹੀਂ ਹੈ, ਅਤੇ ਘੱਟੋ ਘੱਟ ਇਸ ਲਈ ਨਹੀਂ ਕਿਉਂਕਿ ਇਸ ਦੀ ਪ੍ਰਾਪਤੀ ਨਾਲ ਰਿਲਾਇੰਸ ਨੂੰ ਉਹ ਮਿਲੇਗਾ ਜਿਸ ਨੂੰ ਕਿ ਵਿਸ਼ਲੇਸ਼ਕਾਂ ਨੇ ਬੇਮਿਸਾਲ ਲਾਭ ਦਾ ਨਾਮ ਦਿੱਤਾ। ਪਰ ਰਿਲਾਇੰਸ ਵਰਗੇ ਘਰੇਲੂ ਖਿਡਾਰੀ ਦੇ ਵਿਰੁੱਧ ਖੜਾ ਹੋਣ ਕਰਕੇ ਐਮਾਜ਼ਨ ਲਈ ਲੜਾਈ ਦਾ ਮੈਦਾਨ ਪਹਿਲਾਂ ਹੀ ਮੁਸ਼ਕਲਾਂ ਨਾਲ ਭਰਿਆ ਹੋਇਆ। ਸਰਕਾਰੀ ਨਿਯਮ ਵਿਦੇਸ਼ੀ ਈ ਕਾਮਰਸ ਕੰਪਨੀਆਂ ਨੂੰ ਆਪਣੀ ਖੁਦ ਦੀ ਵਸਤੂ ਸੂਚੀ ਰੱਖਣ ਜਾਂ ਨਿੱਜੀ ਲੇਬਲ ਸਿੱਧੇ ਤੌਰ 'ਤੇ ਖਪਤਕਾਰਾਂ ਨੂੰ ਵੇਚਣ ਤੋਂ ਵਰਜਦੇ ਨੇ। ਇਹ ਇੱਕ ਤਰ੍ਹਾਂ ਨਾਲ ਸੁਰੱਖਿਆਵਾਦੀ ਨੀਤੀ ਹੈ ਜੋ ਸਥਾਨਕ ਰਿਟੇਲਰਸ ਦੇ ਪੱਖ ਦੇ ਵਿੱਚ ਹੈ। ਐਮਾਜ਼ਨ ਨੂੰ ਡਾਟਾ ਵਰਤੋਂ ਦੇ ਸਖ਼ਤ ਨਿਯਮਾਂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਵਾਰ ਵਾਰ ਸਵੈ ਨਿਰਭਰ ਜਾਂ ਆਤਮ ਨਿਰਭਰ ਦੇ ਦਿੱਤੇ ਜਾਣ ਵਾਲੇ ਹੋਕੇ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਸਥਿਤੀ ਨੇ ਐਮਾਜ਼ਨ ਦੀ ਪਕੜ ਪਹਿਲਾਂ ਹੀ ਢਿੱਲੀ ਕਰਨੀ ਸ਼ੁਰੂ ਕਰ ਦਿੱਤੀ ਹੈ। ਐਮਾਜ਼ਨ ਅਤੇ ਰਿਲਾਇੰਸ ਵਿਕਾਸ ਦੀਆਂ ਬੇਮਿਸਾਲ ਸੰਭਾਵਨਾਵਾਂ ਦੇ ਮੱਦੇਨਜ਼ਰ ਭਾਰਤੀ ਬਾਜ਼ਾਰ ਤੇ ਆਪੋ ਆਪਣੀ ਪਕੜ ਮਜ਼ਬੂਤ ਕਰਨ ਲਈ ਆਮੋ ਸਾਹਮਣੇ ਹੋਣ ਨੂੰ ਤਿਆਰ ਨੇ। ਸਤੀਸ਼ ਮੀਣਾ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਚੀਨ ਤੋਂ ਬਾਅਦ ਹੋਰ ਕੋਈ ਅਜਿਹਾ ਬਾਜ਼ਾਰ ਨਹੀਂ ਹੈ ਜਿੱਥੇ ਉਹਨਾਂ ਨੂੰ ਇਸ ਤਰ੍ਹਾਂ ਦੇ ਮੌਕੇ ਹਾਸਲ ਹੋ ਸਕਣ। ਐਮਾਜ਼ਨ ਤੋਂ ਇਲਾਵਾ ਵਾਲਮਾਰਟ ਨੇ ਘਰੇਲੂ ਪੱਧਰ ਤੇ ਉੱਭਰ ਰਹੇ ਈ ਕਾਮਰਸ ਬ੍ਰਾਂਡ ਫਲਿੱਪਕਾਰਟ ਨਾਲ ਸਾਂਝੇਦਾਰੀ ਕਾਇਮ ਕੀਤੀ ਹੈ। ਇੱਥੋਂ ਤੱਕ ਕਿ ਫੇਸਬੁੱਕ ਨੇ ਵੀ ਰਿਲਾਇੰਸ ਇੰਡਸਟਰੀਜ਼ ਦੀ ਮਾਲਕੀ ਵਾਲੇ ਜੀਓ ਪਲੇਟਫਾਰਮ 'ਚ 9.9% ਹਿੱਸੇਦਾਰੀ ਹਾਸਲ ਕਰਨ ਲਈ $5.7 billion ਦਾ ਭੁਗਤਾਨ ਕਰਕੇ ਆਪਣੀ ਸ਼ਮੂਲੀਅਤ ਦਰਜ ਕੀਤੀ ਹੈ। ਭਾਰਤ 'ਚ ਪ੍ਰਚੂਨ ਖੇਤਰ 'ਚ ਕਰਿਆਨੇ ਦਾ ਸਭ ਤੋਂ ਵੱਡਾ ਕੰਮ ਹੈ ਕਿਉਂਕਿ ਇੱਥੇ ਉਹਨਾਂ ਦਾ ਸਿਰਫ ਅੱਧਾ ਖਰਚਾ ਹੁੰਦਾ ਹੈ।